ਹਾਂ ਜੀ ਮਿੱਤਰੋ, ਜੜੀ ਬੂਟੀ ਰਸਾਇਣ ਸਿੰਘ ਤੇ ਸਵਾਗਤ ਹੈ ਜੀ। ਆਹ ਜਿਹੜਾ ਨੀਲਾ ਪਾਣੀ ਚ ਘੋਲਿਆ ਸੀ, ਉਹ ਬਿਠਾਇਆ ਸੀ, ਉਹ ਆਹ ਸੂਰਤ ਹਾਲ ਹੋ ਗਿਆ ਜੀ। ਇਹ ਆਪਾਂ ਨੇ ਲੱਗ ਕੱਢਤਾ, ਠੀਕ ਹੈ ਜੀ, ਉਪਰੋਂ ਪਾਣੀ ਕੱਢਤਾ ਤੇ ਥੱਲੇ ਇਸ ਹਾਲਤ ਦੇ ਵਿੱਚ ਮਿਲਿਆ ਆਪਾਂ ਨੂੰ, ਠੀਕ ਹੋ ਗਿਆ ਜੀ। ਤੇ ਇਹਦੇ ਵਿੱਚ ਆਪਾਂ ਨੇ ਇਹ ਮਿਲਾ ਦੇਣਾ ਜੀ, ਜਿਹੜਾ ਪਹਿਲਾਂ ਆਪਣੇ ਕੋਲ ਇਹ ਬਚਦਾ ਪਿਆ ਇਹ ਵਾਲਾ ਜੁਗਾੜ, ਇਹਨੂੰ ਇਹਦੇ ਵਿੱਚ ਪਾ ਦਿੰਦੇ ਹਾਂ ਜੀ, ਠੀਕ ਹੋ ਗਿਆ ਜੀ। ਅਤੇ ਇਹਦੀ ਥੋੜ੍ਹੀ ਘੋਟਾ ਘਾਟੀ ਕਰਦੇ ਹਾਂ ਜੀ। ਇਹ ਥੋੜ੍ਹਾ ਜਿਹਾ ਹਜੇ ਪਾਣੀ ਇਹਦੇ ਵਿੱਚ ਜ਼ਿਆਦਾ ਹੀ ਹੈ, ਚਲੋ ਕੋਈ ਮਸਲਾ ਨਹੀਂ। ਇੱਧਰ ਇਹਦੇ ਥੱਲੇ ਪੈਂਦੇ 'ਚ ਬੈਠਾ ਹੋਇਆ ਜੀ, ਠੀਕ ਹੋ ਗਿਆ ਜੀ। ਇੱਧਰ ਪੈਂਦੇ 'ਚ ਬੈਠਿਆ ਹੋਇਆ ਅਤੇ ਇੱਧਰ ਇਹ ਪਾਰੇ ਨਾਲ ਜੌਰ ਉਡਾਏ ਨੇ ਅਤੇ ਦੋ ਤਿੰਨ ਵਾਰੀ, ਅਤੇ ਇਹ ਸਾਰਾ ਹੀ ਆਪਣਾ ਮਟੀਰੀਅਲ ਹੈ ਜਿਹੜਾ, ਇਹ ਲਾਲ ਰੰਗ ਦਾ ਕਾਪਰ ਹੋ ਗਿਆ ਨੀਲੇ ਥੋਥੇ ਵਿੱਚੋਂ ਨਿਕਲਣ ਤੋਂ ਬਾਅਦ, ਠੀਕ ਹੋ ਗਿਆ ਜੀ। ਇਹ ਪਾਰਾ ਇਹਦੇ 'ਚ ਪਾ ਦਿੱਤਾ ਆਪਾਂ ਨੇ। ਲੈ ਵੀ ਮਿੱਤਰੋ, ਹੁਣ ਇਹਦਾ ਜਿਹੜਾ ਅਗਲਾ ਪ੍ਰੋਸੈਸ ਹੈ ਉਹ ਦੇਖੋ ਵੀ ਇਹ ਆ ਪਾਰਾ, ਠੀਕ ਹੈ ਜੀ। ਇਹਦੇ 'ਚ ਬੰਦ ਕੀਤਾ ਹੋਇਆ ਦੋ ਤੋਲੇ ਦੇ ਕਰੀਬ ਆ, ਬਾਕੀ ਚੈੱਕ ਮਾਰਦੇ ਹਾਂ ਜੀ ਇਹਨੂੰ, ਉਹ ਇਹਨੇ ਆ ਵੀ ਇਹਦੀ ਸੂਰਤ ਹਾਲ ਕੀ ਹੈ। ਚੱਲ ਵੀ ਜੱਕੜ ਜੰਗਾ ਚੱਲ ਪਿਆ, ਅਤੇ ਇਹ 25-24 4 ਗ੍ਰਾਮ ਸੀਸੀ ਦਾ ਵਜਨ ਹੋਣਾ ਜੀ, ਠੀਕ ਹੋ ਗਿਆ। ਅਤੇ ਇਹਨੂੰ ਖੋਲਦੇ ਹਾਂ ਅਤੇ ਇਹਦੇ ਵਿੱਚ ਆਹ ਦੇਖੋ ਢੱਕਣ ਦਾ ਤਾਂ ਕੋਈ ਵਜ਼ਨ ਨਹੀਂ ਆਇਆ, ਠੀਕ ਹੈ। 4 ਗ੍ਰਾਮ ਸੀਸੀ ਮੰਨ ਕੇ ਚੱਲੋ ਵੀ ਇਹਦੇ 'ਚ 2 ਤੁਲੇ ਪਾਰਾ ਹੈਗਾ, ਅਤੇ ਆਪਾਂ ਇਹਨੂੰ ਹੁਣ ਮਿੱਤਰੋ ਬੂੰਦ ਬੂੰਦ ਕਰਕੇ ਖਰਲ ਕਰਾਂਗੇ, ਅਤੇ ਆਪਾਂ ਸਿੱਧਾ ਹੀ ਪਾ ਦਿੰਦੇ ਹਾਂ ਜੀ ਮੋਟਾ ਮੋਟੀ। ਇਹ ਦੇਖੋ ਇਹਦੇ ਵਿੱਚ ਆਪਣੇ ਕੋਲ ਬਾਹਲੇ ਅੰਗਰੇਜ਼ੀ ਤਰੀਕੇ ਨਹੀਂ ਹੈਗੇ, ਦੇਸੀ ਜਿਹੇ ਤਰੀਕੇ ਨੇ। ਇੱਕ ਵਾਰੀ ਨਾਪ ਲਿਆ ਤਾਂ ਠੀਕ ਹੋ ਗਿਆ, ਬਾਕੀ ਇਹਦੇ ਵਿੱਚ ਥੋੜ੍ਹਾ ਜਿਹਾ ਹੋਰ ਬਚਦਾ, ਅਤੇ ਇਹਨੂੰ ਫਿਰ ਪਾਉਂਦੇ ਹਾਂ ਥੋੜ੍ਹੀ ਜਿਹੀ ਇਹਦਾ ਘੁੱਟ ਘਾਟੀ ਕਰ ਲਈਏ ਮਾੜੀ ਜੀ ਮਿੱਤਰੋ। ਇਹਨੂੰ ਗਾਇਬ ਕਰ ਦੇਣਾ ਆਪਾਂ ਇਹਦੇ ਵਿੱਚ ਇੱਦਾਂ ਹੀ ਖਰਲ ਕਰ ਕਰਕੇ, ਠੀਕ ਹੋ ਗਿਆ ਜੀ। ਅਤੇ ਜਦੋਂ ਇਹ ਗਾਇਬ ਹੋ ਗਿਆ ਫਿਰ ਇਹਨੂੰ ਸੁਕਾ ਲੈਣਾ ਜੀ ਆਪਾਂ ਨੇ ਪਾਊਡਰ ਇਹਦਾ, ਇਹਦੇ ਦਾ ਪਾਊਡਰ ਸੁਕਾ ਕੇ ਇਹਦਾ ਜੌਹਰ ਲਵਾਂਗੇ ਜੀ, ਜੌਹਰ, ਠੀਕ ਹੋ ਗਿਆ ਜੀ। ਜਿਹੜੇ ਫਿਰ ਜੌਹਰ ਆਉਣਗੇ ਉਹ ਵੀ ਸੁਰਖ ਰੰਗ ਦੇ ਆਉਣਗੇ ਜੀ, ਸੁਰਖ ਰੰਗ ਦੇ ਆਉਣਾ ਜੀ ਜੌਹਰ ਵੀ, ਅਤੇ ਫਿਰ ਇਹਨੂੰ ਚਾਂਦੀ ਦੇ ਸੁੱਟ ਕੇ ਦੇਖਾਂਗੇ ਬਈ ਕੀ ਬਣਦਾ ਕੀ ਨਹੀਂ ਬਣਦਾ। ਉਹ ਆਪਾਂ ਨੇ ਚਾਂਦੀ ਦੇ ਸੁੱਟਣੇ ਨੇ ਜੀ। ਫਿਲਹਾਲ ਇਹ ਸੂਰਤ ਹਾਲ ਇਹ ਆ ਵੀ ਇਹ ਜਿੱਦਾਂ ਦੀ ਸਿੰਗਰਫ ਹੁੰਦੀਆਂ ਨਾ ਉੱਦਾਂ ਦਾ ਬਣ ਗਿਆ ਇਹ ਜਗਾੜੂ ਕੰਮ, ਅਤੇ ਪਾਰਾ ਜਿਹੜਾ ਇਹਦੇ ਵਿੱਚ ਮਿਕਸ ਹੋਈ ਜਾਣਾ ਜੀ, ਹੋਈ ਜਾਣਾ ਜਿੰਨਾ ਵੀ ਪਾਰਾ ਲਊ ਆਪਾਂ ਨੂੰ ਦੇਵਾਂਗੇ, ਅਤੇ ਫਿਰ ਇਹਨੂੰ ਪੁੱਛਾਂਗੇ ਵੀ ਮਿੱਤਰਾ ਸਾਡਾ ਪਾਰਾ ਦੱਸ ਕਿੱਥੇ ਆ, ਫਿਰ ਉਹ ਅੱਗ ਦੱਸੂਗੀ ਜੀ, ਠੀਕ ਹੈ। ਆਪਾਂ ਸਾਰੇ ਪ੍ਰੋਸੈਸ ਕਰਕੇ ਤੁਹਾਨੂੰ ਦਿਖਾਵਾਂਗੇ ਮਿੱਤਰੋ,
ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ। ਆਪਣਾ ਜਿਹੜਾ ਮੈਂਟਲ ਹੀਟਰ 'ਤੇ ਆ ਤੇਲ ਪਿਆ ਗੰਧਕ ਦਾ, ਇੱਥੇ ਹੀ ਰੱਖਾਂਗੇ ਜੀ ਆਪਾਂ ਇਹਨੂੰ ਬੀਕਰ ਦੇ ਵਿੱਚ ਬੰਦ ਕਰਕੇ, ਅਤੇ ਜ਼ੋਰ ਦਿਖਾਵਾਂਗੇ ਜੀ ਤੁਹਾਨੂੰ ਕਿਆ ਲਾਜਵਾਬ ਜਹੋ ਰੌਣੇ ਨੇ ਪਾਰੇ ਦੇ ਲਾਲ ਲਾਲ ਹੋ ਜਾਣਾ ਜੀ ਕੰਮ, ਠੀਕ ਹੋ ਗਿਆ ਜੀ, ਇਹ ਲਾਲੋ ਲਾਲ ਹੋ ਜਾਣਾ ਕੰਮ, ਅਤੇ ਫਿਰ ਕੰਮ ਬਣ ਗਿਆ ਜੀ। ਫਿਰ ਪੂਰੀ ਜਾਣਕਾਰੀ ਦੱਸ ਦੇਵਾਂਗੇ, ਹਾਲੇ ਤਾਂ ਇਹ ਜਾਣਕਾਰੀ ਅੱਧੀ ਹੈ ਜੀ। ਇਹ ਆਪਾਂ ਨੇ ਪਾਰਾ ਇਹ ਜਿਹੜਾ ਸ਼ਾਮਿਲ ਕੀਤਾ ਹੋਇਆ ਸੀ ਇਹਦੇ ਨਾਲ, ਉਹ ਦੇਖੋ ਵੀ ਇਹ ਲਾਲ ਹੋ ਗਿਆ ਜੀ, ਲਾਲ ਪਾਰਾ, ਠੀਕ ਹੈ ਜੀ, ਲਾਲ ਗੁਲਾਲ। ਸਿੰਗਰਫ ਤੋਂ ਵੀ ਫੇਲ ਕਰ ਗਿਆ ਇਹ, ਸਿੰਗਰਫ ਦੀ ਸਟਾਂਕੀ ਤੋਂ ਵੀ ਅੱਗੇ ਚੱਲਿਆ ਗਿਆ ਜੀ ਇਹ, ਠੀਕ ਹੋ ਗਿਆ ਜੀ। ਅਤੇ ਇਹਨੂੰ ਆਪਾਂ ਕੋਟਾ ਕੋਟੀ ਕਰਦੇ ਹਾਂ, ਅਤੇ ਉਮੀਦ ਹੈ ਵੀ ਕਿ ਇਸ ਪੱਧਤੀ ਦੇ ਨਾਲ ਜਿਹੜਾ ਨਿਰਮਾਣ ਹੈ ਗੋਲਡ ਦਾ ਉਹ ਹੋ ਸਕਦਾ, ਅਸੀਂ ਦਾਅਵਾ ਨਹੀਂ ਕਰਦੇ ਵੀ ਐਂ ਹੋ ਜੂਗਾ, ਹੋ ਸਕਦਾ ਇੱਦਾਂ ਕਹਿ ਸਕਦੇ ਹਾਂ ਜੀ ਅਸੀਂ, ਠੀਕ ਹੈ ਜੀ। ਬਾਕੀ ਤਾਂ ਕਰੇ ਤਾਂ ਪਤਾ ਲੱਗੂਗਾ, ਲੋਕ ਆਉਂਦੇ ਨੇ ਸੱਜੇ ਖੱਬੇ ਸੁਣੀ ਦਾ ਵੀ ਜਿਹੜਾ ਲਾਲ ਪਾਰਾ ਹੁੰਦਾ ਉਹ ਧਾਤੂ ਵੇਦ ਧਾਤੂ ਨੂੰ ਪਰਿਵਰਤਨ ਕਰਨ ਦੇ ਵਿੱਚ ਸਕਸ਼ਮ ਹੁੰਦਾ, ਉਸੇ ਹਿਸਾਬ ਦੇ ਨਾਲ ਅਸੀਂ ਪਾਰਾ ਤਾਂ ਲਾਲ ਬਣਾ ਲਿਆ, ਤੁਹਾਨੂੰ ਦਿਖਾਤਾ ਵੀ ਤੇਜ਼ਾਬ ਦੇ ਵਿੱਚ ਵੀ ਵਹਿੰਦਾ, ਤੇਜ਼ਾਬੀ ਵੀ ਹੋ ਗਿਆ, ਅਤੇ ਹੁਣ ਅੱਗੇ ਜਿਹੜਾ ਉਹ ਤਾਂ ਬਾਅਦ 'ਚੋਂ ਪਤਾ ਲੱਗਣਾ ਨਾ ਜੀ, ਕਰੇ ਤਾਂ ਪਤਾ ਲੱਗਣਾ, ਐਵੇਂ ਬੜੇ ਬੜੇ ਦਾਅਵੇ ਠੋਕਣ ਦਾ ਕੀ ਫਾਇਦਾ, ਉਹ ਰਸਾਇਣ ਸਿੰਘ ਦਾ ਕੰਮ ਨਹੀਂ ਹੈਗਾ, ਉਹ ਹੋਰ ਬਥੇਰੇ ਚੈਨਲ ਨੇ ਯੂਟਿਊਬ 'ਤੇ ਜਿਹੜੇ ਮਿੰਟਾਂ 'ਚ ਕਿਲੋ ਕਿਲੋ ਮਾਲ ਸੱਪਣ ਵਾਲੀਆਂ ਅਕਸੀਰਾਂ ਬਿਆਨ ਕਰ ਦਿੰਦੇ ਨੇ ਜੀ। ਇੱਥੇ ਤਾਂ ਸੰਘਰਸ਼ ਹੀ ਕੰਮ ਹੈ ਜੀ, ਸੰਘਰਸ਼ ਹੀ ਲਿਖਿਆ ਜ਼ਿੰਦਗੀ 'ਚੋਂ ਕਰਦੇ ਰਹਿਣਾ, ਅਤੇ ਜੇ ਹੋ ਗਿਆ ਤਾਂ ਵੀ ਵਾਹਿਗੁਰੂ ਦਾ, ਨਾ ਹੋਇਆ ਤਾਂ ਵੀ ਵਾਹਿਗੁਰੂ ਦਾ। ਅਭਿਆਸ ਹੈ ਜਿਹੜਾ ਬੰਦੇ ਨੂੰ ਲਗਾਤਾਰ ਕਰਦੇ ਰਹਿਣਾ ਚਾਹੀਦਾ ਜੀ, ਬਿਨਾਂ ਅਭਿਆਸ ਅਤੇ ਬਿਨਾਂ ਪ੍ਰੈਕਟੀਕਲ 'ਤੇ ਕੋਈ ਦਸਵਾਂ ਦਰਵਾਜ਼ਾ ਨਹੀਂ ਖੁੱਲ੍ਹਣਾ। ਦਸਵਾਂ ਦਰਵਾਜ਼ਾ ਉਦੋਂ ਖੁੱਲ੍ਹਣਾ ਜਦੋਂ ਤੁਸੀਂ ਪ੍ਰੋਪਰ ਅਭਿਆਸ ਕਰਦੇ ਹੋ, ਪ੍ਰੈਕਟੀਕਲ ਕਰਦੇ ਹੋ, ਅਤੇ ਫਿਰ ਜਿਹੜਾ ਦਸਵਾਂ ਦਵਾਰ ਉਹ ਖੁੱਲ੍ਹਣਾ। ਜਿੰਨਾ ਚਿਰ ਤੁਸੀਂ ਅਭਿਆਸ ਨਹੀਂ ਕਰਦੇ, ਪ੍ਰੈਕਟੀਕਲ ਨਹੀਂ ਕਰਦੇ, ਉਹਨਾਂ ਚਿਰ ਦਸਵਾਂ ਦੁਆਰਾ ਨਹੀਂ ਖੁੱਲ੍ਹਣਾ। ਇਹੀ ਸਿਸਟਮ ਅਧਿਆਤਮਕਤਾ ਦਾ ਹੈ, ਜਿਹੜੇ ਅਧਿਆਤਮਕ ਵਿਸ਼ੇ ਬਾਰੇ ਜਾਣਦੇ ਨੇ, ਪਹੁੰਚੇ ਹੋਏ ਸਾਧੂ ਨੇ, ਬਿਰਲੇ ਇਸ ਪੱਧਤੀ ਨੂੰ ਹਾਸਲ ਕਰਦੇ ਨੇ, ਉਹ ਵਾਰ ਵਾਰ ਅਭਿਆਸ ਕਰਦੇ ਨੇ, ਸਮੇਂ 'ਚੋਂ ਸਮਾਂ ਕੱਢ ਕੇ ਅਭਿਆਸ ਕਰਦੇ ਕਰਦੇ ਉਹਨਾਂ ਦਾ ਜਿਹੜਾ ਦਸਵਾਂ ਦੁਆਰ ਹੈ ਉਹ ਖੁੱਲ੍ਹ ਜਾਂਦਾ, ਅਤੇ ਫਿਰ ਉਹ ਅੱਗੇ ਉਹਦੇ ਵਿੱਚ ਅਭੇਦ ਹੋ ਜਾਂਦੇ ਨੇ। ਉਹਨਾਂ ਦੀ ਅਧਿਆਤਮਕ ਸ਼ਕਤੀ ਹੁੰਦੀ ਹੈ, ਕਦੇ ਕਿਸੇ ਨੂੰ ਖੁਸ਼ਬੂ ਆਉਣ ਲੱਗ ਜਾਂਦੀ ਹੈ ਬੜੀ ਸੋਹਣੀ, ਮਨ ਗਦਗਦ ਰਹਿੰਦਾ, ਚਿਹਰੇ 'ਤੇ ਚਮਕ ਆ ਜਾਂਦੀ ਹੈ ਜੋ ਅਧਿਆਤਮਕ ਵਾਲੇ ਵਿਸ਼ੇ ਵਿੱਚ ਅਭਿਆਸ ਕਰਦੇ ਨੇ ਜੀ। ਜਿਹੜਾ ਬੰਦਾ ਪ੍ਰੈਕਟੀਕਲ ਨੂੰ
ਸੋਚ ਸਮਝ ਕੇ ਅਭਿਆਸ ਕਰਦਾ ਉਹ ਵੀ ਕਾਮਯਾਬੀ ਨੂੰ ਹਾਸਲ ਕਰ ਲੈਂਦਾ ਜੀ। ਇੰਨੀ ਜਲਦੀ ਤਾਂ ਕੁਝ ਵੀ ਨਹੀਂ ਹੁੰਦਾ, ਬੱਚਾ ਵੀ 9 ਮਹੀਨੇ ਦੇ ਵਿੱਚ ਜਾ ਕੇ ਪੈਦਾ ਹੁੰਦਾ ਅਤੇ ਜਿਹੜੀ ਰਸਾਇਣ ਹੈ ਇਹ ਇੱਕ ਵੱਖਰੀ ਕਿਸਮ ਹੈ ਜੀ, ਇਹ ਸਾਇੰਸ ਹੈ। ਇਹਨੂੰ ਲੋਕ ਕਹਿੰਦੇ ਵੀ ਇਹ ਪਰਮਾਤਮਾ ਦੀ ਦੇਣ ਹੈ, ਜਿਹਨੂੰ ਉਹ ਚਾਹੇ ਉਹਨੂੰ ਦਿੰਦਾ। ਮੈਂ ਇਹ ਤੋਂ ਬਿਲਕੁਲ ਉਲਟ ਸੋਚਦਾ ਜੀ, ਰਸਾਇਣ ਪਰਮਾਤਮਾ ਦੇ ਰਾਸਤੇ ਵਿੱਚ ਰੋੜਾ ਹੈ, ਰੁਕਾਵਟ ਹੈ ਜੀ। ਜਿਹੜੀ ਰਸਾਇਣ ਹੈ ਨਾ ਇਹ ਪਰਮਾਤਮਾ ਦੇ ਰਾਸਤੇ ਵਿੱਚ ਇੱਕ ਬਹੁਤ ਵੱਡੀ ਰੁਕਾਵਟ ਹੈ ਜੀ। ਬੰਦਾ ਮਾਇਆ ਦੇ ਚੱਕਰ 'ਚ ਲੱਗ ਕੇ ਰਹਿ ਜਾਂਦਾ ਔਰ ਪਰਮਾਤਮਾ ਤੋਂ ਦੀ ਦੂਰੀ ਹੈ ਜਿਹੜੀ ਉਹ ਬਣਦੀ ਜਾਂਦੀ ਹੈ। ਇਹਦੇ ਵਿੱਚ ਕਈ ਆਉਂਦੇ ਨੇ ਵੀ ਯੰਤਰ ਮੰਤਰ ਦਾ ਰੋਲ ਹੁੰਦਾ, ਯੰਤਰ ਮੰਤਰ ਦਾ ਕੋਈ ਰੋਲ ਨਹੀਂ ਹੁੰਦਾ ਮਿੱਤਰੋ। ਜਦੋਂ ਰਸਾਇਣ ਬਣ ਗਿਆ, ਕੰਮ ਰਸਾਇਣ ਨੇ ਕਰਨਾ ਹੈ, ਯੰਤਰ ਮੰਤਰਾਂ ਵਾਲਾ ਜਿਹੜਾ ਯੁੱਗ ਸੀ ਉਹ ਲੰਘ ਗਿਆ ਅਤੇ ਹੁਣ ਤਾਂ ਵੈਸੇ ਹੀ ਸਾਇੰਸ ਦਾ ਯੁੱਗ ਹੈ। ਹੁਣ ਜਿਹੜਾ ਬੰਦਾ ਕੈਮੀਕਲ ਨਾਲ ਕੰਮ ਕਰਦਾ, ਜਿਵੇਂ ਸਲਫਾ ਨੀਲਾ ਮਾਇੰਡ ਹੋ ਗਿਆ, ਥਾਇਓ ਸਲਫੇਡ ਹੋ ਗਿਆ, ਰੈੱਡ ਮਰਕਰੀ ਸਲਫੇਡ ਹੋ ਗਿਆ, ਇਹੋ ਜਿਹੜੇ ਕੈਮੀਕਲਾਂ ਨਾਲ ਬੰਦੇ ਕੰਮ ਕਰਦੇ ਨੇ ਜੀ, ਉੱਥੇ ਕਿਹੜਾ ਮੰਤਰ ਚੱਲਦਾ? ਉਹ ਮਿੰਟੋ ਮਿੰਟ ਹੀ ਹੁੰਦਾ ਜੀ ਕੰਮ ਉੱਥੇ, ਉੱਥੇ ਕੋਈ ਯੰਤਰ ਮੰਤਰ ਨਹੀਂ ਚੱਲਦਾ। ਜਿਹੜੇ ਬੰਦੇ ਨੂੰ ਰਸਾਇਣਾਂ ਬਾਰੇ ਜਾਣਕਾਰੀ ਹੈ, ਕੈਮੀਕਲਾਂ ਬਾਰੇ ਜਾਣਕਾਰੀ ਹੈ, ਉਹਦੇ ਬਾਰੇ ਕੁਛ ਨਹੀਂ ਬਿਆਨ ਕੀਤਾ ਜਾ ਸਕਦਾ ਜੀ। ਉੱਥੇ ਆ ਕੇ ਫਿਰ ਕੀ ਆਖੋਗੇ ਜਿਹੜੇ ਕੈਮੀਕਲਾਂ ਦੇ ਮਾਹਰ ਨੇ? ਉੱਥੇ ਆ ਕੇ ਇਹੀ ਕਹਿਣਾ ਪੈਂਦਾ ਵੀ ਜਦੋਂ ਰਸਾਇਣ ਬਣ ਜਾਂਦੀ ਹੈ ਫਿਰ ਉਹ ਕਿਸੇ ਦੀ ਮੁਹਤਾਜ ਨਹੀਂ ਹੁੰਦੀ। ਉਹ ਰਸਾਇਣ ਨੇ ਆਪਣੀ ਕਿਰਿਆ ਜਿਹੜੀ ਉਹ ਕਰਨੀ ਹੁੰਦੀ ਹੈ ਜੀ, ਉਹ ਕਰਕੇ ਹੀ ਰਹਿੰਦੀ ਹੈ। ਠੀਕ ਹੈ ਜੀ, ਇਹ ਕਰਕੇ ਵੀ ਬਾਲੇ ਚੱਕਰ ਝਮੇਲਿਆਂ 'ਚ ਜਾਣ ਦੀ ਲੋੜ ਨਹੀਂ ਹੈ, ਗੱਲ ਨੂੰ ਸਮਝੋ। ਆਓ ਵਾਰ ਵਾਰ ਸਮਝੋ ਵੀ ਰਸਾਇਣ ਕਿਰਿਆ ਕਿਵੇਂ ਕਰਦੀ ਹੈ, ਕਾਇਮ ਚੀਜ਼ਾਂ ਕੱਚੀਆਂ ਚੀਜ਼ਾਂ। ਜਿਹੜਾ ਬੰਦਾ ਬੜਾ ਖਿਲਾੜੀ ਹੈ ਉਹ ਕੱਚੀਆਂ ਚੀਜ਼ਾਂ 'ਤੇ ਕੰਮ ਲੈ ਲੈਂਦਾ ਹੈ। ਉਹ ਜਿਹੜਾ ਸਾਰਾ ਸਾਡੇ ਵਰਗਾ ਲੰਡੂ ਆ ਉਹ ਐਂ ਕਿੱਸਾ ਕਿੱਸੀ ਕਰੀ ਜਾਂਦਾ ਜੀ ਖਰਲਾਂ, ਜਿਵੇਂ ਅਸੀਂ ਆਉਣ ਲੱਗੇ ਹੋਏ ਹਾਂ ਤੁਹਾਡੇ ਸਾਹਮਣੇ, ਉਹ ਐਵੇਂ ਕਿੱਸਾ ਕਿੱਸੀ ਕਰਕੇ ਪਾਰਾ ਜਿਹਾ ਉਡਾ ਲੈਂਦਾ ਹੈ ਅਤੇ ਫਿਰ ਨਰਵਸ ਜਿਹਾ ਹੋ ਜਾਂਦਾ। ਜਦ ਪਾਰਾ ਉੜ ਜਾਂਦਾ ਹੈ ਫਿਰ ਬੰਦਾ ਨਰਵਸ ਜਿਹਾ ਹੋ ਜਾਂਦਾ ਅਤੇ ਉਹ ਤੋਂ ਬਾਅਦ ਫਿਰ ਉਹਦਾ ਹੌਸਲਾ ਨਹੀਂ ਪੈਂਦਾ। ਕਿਉਂ? ਕੋਈ ਵੀ ਪ੍ਰਯੋਗ ਹੈ ਮਿੱਤਰੋ 1500 2000 2500 ਦੇ ਵਿੱਚ ਇੱਕ ਪ੍ਰਯੋਗ ਹੁੰਦਾ। ਮੰਨ ਲਓ ਜੇ ਸਿੰਗਰਫ ਕਾਇਮ ਕਰਕੇ, ਚਾਂਦੀ ਦੇ ਤਰਾ ਕਰਕੇ, ਨਿਆਰਾ ਕਰਕੇ ਮਾਲ ਕੱਢਣ ਤੱਕ ਜਾਈਏ 1-2 ਗ੍ਰਾਮ, ਹਾਂ 2000 2500 ਮੰਨ ਕੇ ਚੱਲੋ ਜੀ ਖਰਚਾ ਆਉਂਦਾ। ਜਦੋਂ ਮਾਲ ਪੂਰਾ ਵਸੂਲ ਨਹੀਂ ਹੁੰਦਾ ਬੰਦਾ ਢਿੱਲਾ ਜਿਹਾ ਹੋ ਜਾਂਦਾ ਵੀ ਇਹ ਸਾਡਾ ਕੀ ਚੱਕਰ ਹੋ ਗਿਆ, ਵੀ ਮਾਲ ਕਿਉਂ ਨਹੀਂ ਬਣਿਆ।
ਫਿਰ ਉਹ ਵਿਚਾਰਾ ਬਹਿ ਜਾਂਦਾ, ਥੱਕ ਜਾਂਦਾ, ਹਾਰ ਜਾਂਦਾ। ਅਤੇ ਕਿਸੇ ਨਾ ਕਿਸੇ ਦਿਨ ਫਿਰ ਉਹਦੇ ਕੋਲ ਥੋੜ੍ਹੀ ਮਾਇਆ ਆਉਂਦੀ ਹੈ ਅਤੇ ਉਹ ਫਿਰ ਜੋਸ਼ ਭਰਦਾ ਅਤੇ ਫਿਰ ਲੱਗ ਜਾਂਦਾ। ਇੱਕ ਗੱਲ ਜ਼ਾਹਰ ਹੈ ਜੀ, ਜਿਹੜਾ ਬੰਦਾ ਪਾਰੇ ਦੇ ਸੰਪਰਕ 'ਚ ਰਹਿੰਦਾ ਉਹ ਦੂਜੇ ਦਾ ਮਾੜਾ ਨਹੀਂ ਸੋਚਦਾ। ਪਾਰੇ 'ਚ ਬਲੀਨ ਰਹਿੰਦਾ, ਪਾਰੇ ਨੂੰ ਘੁੱਟਦਾ ਘੁੱਟਦਾ, ਪਾਰੇ ਨੂੰ ਕਾਇਮ ਕਰਦਾ ਕਰਦਾ, ਪਾਰੇ ਨੂੰ ਉਡਾਉਂਦਾ ਉਡਾਉਂਦਾ, ਇੱਕ ਦਿਨ ਖੁਦ ਦੁਨੀਆ ਤੋਂ ਉੱਡ ਜਾਂਦਾ। ਇਹੀ ਰਸਾਇਣ ਦਾ ਰੁਤਬਾ, ਜਿਹਨੂੰ ਸਮਝ ਆ ਗਈ ਉਹਦਾ ਬੇੜਾ ਪਾਰ ਹੈ, ਜਿਹਨੂੰ ਨਹੀਂ ਸਮਝ ਆਈ ਉਹਦਾ ਕੰਮ ਫੇਲ ਹੈ ਜੀ। ਠੀਕ ਹੈ ਜੀ, ਇੱਥੇ ਤੱਕ ਪਾਰਾ ਇਹਦੇ ਵਿੱਚ ਹੋ ਗਿਆ ਅਤੇ ਹੁਣ ਇਹਦੇ 'ਚ ਹੋਰ ਪਾਉਂਦਿਆਂ ਅਤੇ ਵੀਡੀਓ ਹੋ ਜਾਣੀ ਲੰਬੀ। ਇਹ ਪਾਰਾ ਇਹਦੇ 'ਚ ਪਾ ਕੇ ਇਹ ਵੀਡੀਓ ਇੱਥੇ ਆਪਾਂ ਰੋਕ ਦਿੰਦੇ ਹਾਂ ਅਤੇ ਜਦੋਂ ਅਗਲਾ ਪ੍ਰੋਸੈਸ ਕਰਾਂਗੇ ਇਹ ਯੋਰ ਯੂਰ ਉਡਾਵਾਂਗੇ, ਫਿਰ ਇਹਨੂੰ ਸ਼ੀਸ਼ੀ 'ਚ ਪਾ ਕੇ ਕਵਰ ਮਿੱਟੀ ਕਰਕੇ ਫਿਰ ਇਹਦੀ ਵੀਡੀਓ ਬਣਾਵਾਂਗੇ ਅਗਲੀ। ਠੀਕ ਆ ਬਾਈ, ਇਹ ਪਾਰਾ ਇਹ ਠੂਸ ਠਾਸਤਾ ਅਤੇ ਹੁਣ ਇਹਨੂੰ ਮੈਂ ਘੁੱਟਦਾ, ਘੰਟਾ ਦੋ ਘੰਟੇ ਲਾਉਂਦਾ ਅਤੇ ਉਹ ਤੋਂ ਬਾਅਦ ਫਿਰ ਇਹ ਸੁੱਕੂਗਾ ਅਤੇ ਫਿਰ ਤੁਹਾਨੂੰ ਦੱਸ ਦਿਆਂਗੇ ਜੀ ਕੀ ਕਿੰਨਾ ਕੁ ਤੇਲ ਹੈ ਤਿਲਾਂ 'ਚ, ਕਿੰਨੇ ਟਾਂਟਾਂ 'ਚ ਛੋਲੇ ਨੇ, ਸਭ ਪਤਾ ਲੱਗ ਜਾਣਾ ਜੀ। ਸਤਿ ਸ਼੍ਰੀ ਅਕਾਲ ਜੀ।